ਮਾਸਟਰ ਕੈਡਰ ਯੂਨੀਅਨ ਚੈਨਲ ਦੇਖ ਰਹੇ ਸਾਰੇ ਦੋਸਤਾਂ ਦਾ ਚੈਨਲ ਤੇ ਸਵਾਗਤ ਹੈ ਵੀਡੀਓ ਚ ਗੱਲਬਾਤ ਕਰਾਂਗੇ ਮਾਸਟਰ ਕੈਡਰ 41 ਕਟਾ ਭਰਤੀ ਨਾਲ ਸੰਬੰਧਿਤ ਸਿਲੈਕਸ਼ਨ ਲਿਸਟਾਂ ਚੋਂ ਆਊਟ ਹੋਏ ਸਾਥੀਆਂ ਦੀ ਅੱਜ ਜੋ ਮੀਟਿੰਗ ਹੋਈ ਹੈ ਸਪੋਰਟਸ ਮੰਤਰੀ ਉਮੀਤ ਹੇਰ ਜੀ ਨਾਲ ਤਾਂ ਮੀਟਿੰਗ ਦੇ ਵਿੱਚ ਕੀ ਸਾਰੀ ਗੱਲਬਾਤ ਹੋਈ ਤੇ ਉਮੀਤ ਹੇਰ ਜੀ ਵੱਲੋਂ ਅੱਗੋਂ ਕੀ ਹੰਗਾਰਾ ਮਿਲਿਆ ਕਿ ਜਿਹੜੇ ਸਾਥੀ ਜਿਹੜੇ ਜੁਆਇਨਿੰਗ ਲੈਟਰ ਪ੍ਰਾਪਤ ਸਾਥੀ ਨੇ ਉਹ ਨਵੀਆਂ ਲਿਸਟ ਆਉਣ ਤੋਂ ਬਾਅਦ ਜਿਹੜੇ ਪਰਤੀ ਵਿੱਚੋਂ ਆਊਟ ਹੋ ਚੁੱਕੇ ਨੇ ਜਾਨੀ ਕਿ ਬਾਹਰ ਹੋ ਚੁੱਕੇ ਨੇ ਤਾਂ ਉਹ ਮੀਟਿੰਗ ਬਾਰੇ ਸਾਰੀ ਅਪਡੇਟ ਤੁਹਾਨੂੰ ਇਸ ਵੀਡੀਓ ਚ ਆਪਾਂ ਦੱਸਾਂਗੇ ਤੁਸੀਂ ਵੀਡੀਓ ਨੂੰ ਐਂਡ ਤੱਕ ਪੂਰੇ ਧਿਆਨ ਨਾਲ ਸੁਣਿਓ ਤੇ ਜੇਕਰ ਤੁਸੀਂ ਚੈਨਲ ਮਾਸਟਰ ਕੈਟਰਰ ਯੂਨੀਅਨ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਬਟਨ ਪ੍ਰੈਸ ਕਰ ਦਿਓ ਤਾਂ ਕਿ ਤੁਹਾਡੇ ਤੱਕ ਮਾਸਟਰ ਕੈਟਰਰ ਦੀ ਹਰ ਇੱਕ ਛੋਟੀ ਵੱਡੀ ਅਪਡੇਟ ਜਿਹੜੀ ਉਹ ਪਹੁੰਚਦੀ ਰਹੇ ਵੀਡੀਓ ਦੀ ਸ਼ੁਰੂਆਤ ਕਰਦੇ ਆਂ ਜਿਵੇਂ ਤੁਹਾਨੂੰ ਪਤਾ ਹੈ ਕਿ ਪਰਸੋ ਸਿਲੈਕਸ਼ਨ ਲਿਸਟ ਆਉਣ ਨਾਲ ਕਾਫੀ ਸਾਰੇ ਕਾਫੀ ਸਾਰੇ ਸਾਥੀ ਇਦਾਂ ਦੇ ਨੇ ਜਿਹੜੇ ਪਹਿਲਾਂ ਜੁਆਇਨਿੰਗ ਲੈਟਰ ਜਿਹਨਾਂ ਨੂੰ ਮਿਲ ਚੁੱਕੇ ਸੀ ਪਰ ਸਿਲੈਕਸ਼ਨ ਲਿਸਟਾਂ ਆਉਣ ਤੋਂ ਬਾਅਦ ਜਦੋਂ ਰਿਜ਼ਲਟ ਰਵਾਈਜ਼ ਹੋਇਆ ਤਾਂ ਰਿਜ਼ਲਟ ਰਵਾਈਜ਼ ਹੋਣ ਤੋਂ ਬਾਅਦ ਉਹਨਾਂ ਸਾਥੀਆਂ ਦੀ ਜਿਹੜੇ ਨੰਬਰ ਕੱਟ ਗਏ ਸੀ ਤਾਂ ਉਹ ਜਿਹੜੇ ਉਹ ਬਾਹਰ ਹੋ ਚੁੱਕੇ ਨੇ ਸਾਥੀ ਤਾਂ ਨਵੇਂ ਕੁਝ ਸਾਥੀ ਇਹਦੇ ਵਿੱਚ ਐਡ ਹੋਏ ਨੇ ਕਿਉਂਕਿ ਰਿਜ਼ਲਟ ਰਵਾਈਜ਼ ਹੋਇਆ ਤਾਂ ਉਹ ਸਾਥੀਆਂ ਵੱਲੋਂ ਅੱਜ ਜਲੰਧਰ ਦੇ ਵਿਖੇ ਜਲੰਧਰ ਦੇ ਵਿੱਚ ਅੱਜ ਬਹੁਤ ਤਕੜਾ ਜਿਹੜਾ ਐਕਸ਼ਨ ਕੀਤਾ ਗਿਆ ਕਾਫੀ ਜ਼ਿਆਦਾ ਗਿਣਤੀ ਦੇ ਵਿੱਚ ਉਹ ਸਾਥੀ ਮੌਜੂਦ ਸੀ ਜਿਹੜੇ ਭਰਤੀ ਦੇ ਵਿੱਚੋਂ ਬਾਹਰ ਹੋਏ ਨੇ ਜਿਨ੍ਹਾਂ ਨੂੰ ਜੋਇਨਿੰਗ ਲੈਟਰ ਮਿਲੇ ਤਾਂ ਉਹ ਆਪਣੇ ਆਪਣੇ ਜੋਇਨਿੰਗ ਲੈਟਰ ਲੈ ਕੇ ਉੱਥੇ ਸੜਕਾਂ ਤੇ ਰੋਡ ਜਮ ਕੀਤਾ ਉਹਨਾਂ ਨੇ ਚੌਕ ਚੌਂਕ ਨੂੰ ਜਾਮ ਕੀਤਾ ਕਾਫੀ ਤਕੜਾ ਐਕਸ਼ਨ ਜਿਹੜਾ ਉੱਥੇ ਕੀਤਾ ਆਮ ਆਦਮੀ ਪਾਰਟੀ ਦਾ ਵਿਰੋਧ ਕੀਤਾ ਤਾਂ ਉਹਦੇ ਸਬੰਧ ਦੇ ਵਿੱਚ ਅੱਜ ਜਿਹੜੀ ਇੱਕ ਮੀਟਿੰਗ ਹੈ ਉਹਨਾਂ ਨੂੰ ਸਪੋਰਟਸ ਮਿਨਿਸਟਰ ਸੌਰੀ ਮੀਤ ਹੇਰ ਜੀ ਨਾਲ ਆ ਇੱਕ ਮੀਟਿੰਗ ਜਿਹੜੀ ਮੀਤਹਿਰ ਜੀ ਨਾਲ ਉਹਨਾਂ ਨੂੰ ਮਿਲੀ ਸੀ ਇਸ ਮੀਟਿੰਗ ਦੀ ਜਿਹੜੀ ਅਪਡੇਟ ਆ ਉਹ ਆਪਾਂ ਤੁਹਾਡੇ ਨਾਲ ਸਾਂਝੀ ਕਰਦੇ ਆ ਤਾਂ ਮੀਤਹਿਰ ਜੀ ਨਾਲ ਜਦੋਂ ਉਹਨਾਂ ਨੂੰ ਪੂਰਾ ਐਕਸ਼ਨ ਕਰਨ ਤੋਂ ਬਾਅਦ ਉਹਤੋਂ ਦੇ ਪ੍ਰਸ਼ਾਸਨ ਵੱਲੋਂ ਮੀਤਹਿਰ ਜੀ ਨਾਲ ਮੀਟਿੰਗ ਕਰਾਈ ਗਈ ਮੀਟਿੰਗ ਕਰਨ ਤੋਂ ਬਾਅਦ ਮੀਤਹਿਰ ਜੀ ਨੂੰ ਉਹਨਾਂ ਨੇ ਆਪਣੀਆਂ ਮੰਗਾਂ ਸੰਬੰਧੀ ਜਾਣੂ ਕਰਾਇਆ ਕਿ ਸਾਨੂੰ 5 ਜਨਵਰੀ ਨੂੰ ਸੀਐਮ ਭਗਵੰਤ ਸਿੰਘ ਵੱਲੋਂ ਜਿਹੜਾ ਆਫਰ ਲੈਟਰ ਮਿਲ ਗਿਆ ਸੀ ਅਸੀਂ ਜੁਆਇਨ ਜੁਆਇਨਿੰਗ ਦਾ ਸਾਨੂੰ ਲੈਟਰ ਮਿਲ ਗਿਆ ਸੀਗੇ ਡਿਪਾਰਟਮੈਂਟ ਦੇ ਵਿੱਚ ਤਾਂ ਉਸ ਤੋਂ ਬਾਅਦ ਰਿਜ਼ਲਟ ਰਵਾਈਜ਼ ਹੋਣ ਤੋਂ ਬਾਅਦ ਸਾਨੂੰ ਜਿਹੜਾ ਲਗਾਤਾਰ ਸਰਕਾਰ ਵੱਲੋਂ ਇਹ ਵੀ ਕਿਹਾ ਜਾ ਰਿਹਾ ਹੈ ਹਰ ਮੀਟਿੰਗ ਦੇ ਵਿੱਚ ਜਿਹੜਾ ਆਪਣਾ ਭਗਵੰਤ ਮਾਨ ਜੀ ਵੱਲੋਂ ਤੇ ਸਿੱਖਿਆ ਮੰਤਰੀ ਜੀ ਵੱਲੋਂ ਇਹ ਕਿਹਾ ਜਾ ਰਿਹਾ ਸੀਗਾ ਕਿ ਜਿਹੜੇ ਸਾਥੀ ਬਾਹਰ ਹੋ ਰਹੇ ਨੇ ਅਸੀਂ ਉਹਨਾਂ ਨੂੰ ਬਾਹਰ ਨਹੀਂ ਹੋਣ ਦੇਵਾਂਗੇ ਤੇ ਅਸੀਂ ਉਹਨਾਂ ਲਈ ਕੁਝ ਨਾ ਕੁਝ ਐਡਜਸਟਮੈਂਟ ਕਰਾਂਗੇ ਡਿਪਾਰਟਮੈਂਟ ਦੇ ਵਿੱਚ ਪਰਸਨਲ ਵਿਭਾਗ ਦੇ ਵਿੱਚ ਇਹਦੀ ਗੱਲਬਾਤ ਚੱਲ ਰਹੀ ਹੈ ਤਾਂ ਇਹ ਸਾਰੀਆਂ ਮੰਗਾਂ ਤੋਂ ਜਾਣੂ ਕਰਾਇਆ ਕਿ ਜੇਕਰ ਤੁਸੀਂ ਪਹਿਲਾਂ ਗਲਤੀਆਂ ਨਾ ਕਰਦੇ ਤਾਂ ਰਿਜ਼ਲਟ ਰਿਵਾਈਜ਼ ਕਰਨ ਦੀ ਲੋੜ ਨਾ ਪੈਂਦੀ ਹੋ ਸਕਦਾ ਸਾਡਾ ਨੰਬਰ ਪਹਿਲਾਂ ਹੀ ਆਉਂਦਾ ਕਿਉਂਕਿ ਇੱਥੇ ਬਹੁਤ ਸਾਰੇ ਸਾਰੇ ਸਾਥੀ ਸਾਡੀ ਗੱਲ ਦਾ ਬੁਰਾ ਮਨਾਉਣਗੇ ਕਿ ਹਾਂ ਤੁਸੀਂ ਇਦਾਂ ਵੀਡੀਓ ਪਾ ਰਹੇ ਹੋ ਜਾਂ ਕਿਵੇਂ ਪਰ ਇੱਕ ਗੱਲ ਤੇ ਸਾਰੇ ਸਾਥੀ ਮੇਰੇ ਨਾਲ ਸਹਿਮਤ ਹੋਣਗੇ ਕਿ ਸਪੋਜ਼ ਕਰੋ ਸਰਕਾਰ ਪੇਪਰ ਪਾਉਣ ਵੇਲੇ ਗਲਤੀਆਂ ਨਾ ਕਰਦੀ ਤਾਂ ਜਿਹੜੇ ਸਾਥੀ ਅੱਜ ਬਾਹਰ ਹੋਏ ਨੇ ਹੋ ਸਕਦਾ ਇਹਨਾਂ ਦੇ ਪਹਿਲਾਂ ਹੀ 2-2 3-3 ਨੰਬਰ ਘਟਦੇ ਹੁੰਦੇ ਉਦੋਂ ਚੱਲ ਇੱਕ ਮਹੀਨਾ ਇਹ ਥੋੜਾ ਬਹੁਤਾ ਮਾਨਸਿਕ ਪਰੇਸ਼ਾਨ ਹੁੰਦੇ ਪਰ ਇਹ ਸਮਝ ਲੈਂਦੇ ਕਿ ਹਾਂ ਸਾਡੀ ਸਿਲੈਕਸ਼ਨ ਨਹੀਂ ਹੋਈ ਤੇ ਨੈਕਸਟ ਭਰਤੀ ਦੀ ਤਿਆਰੀ ਕਰਨ ਲੱਗ ਜਾਂਦੇ ਤਾਂ ਪਰ ਇੱਥੇ ਜਿਹੜੀ ਗੱਲਬਾਤ ਇਹ ਆ ਕਿ 4-4 5-5 ਮਹੀਨੇ ਇਹਨਾਂ ਨੂੰ ਸਿਲੈਕਟ ਰੱਖਿਆ ਗਿਆ ਜਾਨੀ ਕਿ ਇਹਨਾਂ ਨੂੰ ਇਹ ਰੱਖਿਆ ਗਿਆ ਕਿ ਹਾਂ ਇਹਨਾਂ ਨੂੰ ਨੌਕਰੀ ਮਿਲ ਚੁੱਕੀ ਆ ਤੇ ਨਾਲ ਨਾਲ ਕਈ ਸਾਥੀ ਇਦਾਂ ਦੇ ਨੇ ਇਹਨਾਂ ਚ ਜਿਨ੍ਹਾਂ ਨੇ ਆਪਣੇ ਸਕੂਲ ਛੱਡ ਦਿੱਤੇ ਸੀਗੇ ਤੇ ਕਈ ਸਾਥੀ ਇਦਾਂ ਦੇ ਨੇ ਜਿਨ੍ਹਾਂ ਨੇ ਹੋਰ ਪ੍ਰਾਈਵੇਟ ਜੌਬਸ ਕੀਤੀਆਂ ਹੋਈਆਂ ਸੀ ਉਹ ਜੌਬਸ ਨੂੰ ਇਹਨਾਂ ਨੇ ਆਪਣਾ ਛੱਡ ਦਿੱਤਾ ਸੀ ਤਾਂ ਇਹ ਸਾਰੀਆਂ ਮੰਗਾਂ ਅੱਜ ਮੀਤ ਹਰਜੀ ਦੇ ਧਿਆਨ ਵਿੱਚ ਲੈਂਦੇ ਗੀਆਂ ਕਿ ਅਸੀਂ ਆਪਣਾ ਜਿਹੜਾ ਸਾਨੂੰ 10 10 8-8000 ਰੁਪਏ ਕਿਤੇ ਮਿਲਦਾ ਸੀਗਾ ਅਸੀਂ ਉਹ ਆਪਣਾ ਛੱਡ ਦਿੱਤਾ ਤੇ ਇਸ ਉਮੀਦ ਚ ਕਿ ਹਾਂ ਸਾਨੂੰ ਨੌਕਰੀ ਮਿਲ ਜੂਗੀ ਤੇ ਜੇਕਰ ਸਰਕਾਰ ਪਹਿਲੇ ਹੀ ਇਦਾਂ ਦਾ ਨਾਂ ਸਾਰਾ ਪਿੱਟ ਸਿਆਪਾ ਕਰਦੀ ਤਾਂ ਕਿਉਂ ਸਾਨੂੰ ਇਹ ਲੋੜ ਪੈਂਦੀ ਚਲੋ ਰਿਜ਼ਲਟ ਰਵਾਈਜ਼ ਹੋਇਆ ਰਿਜ਼ਲਟ ਸਹੀ ਹੋਇਆ ਆਪਾਂ ਉਹ ਗੱਲ ਨਾਲ ਸਹਿਮਤਾਂ ਪਰ ਇਸ ਤੋਂ ਬਾਅਦ ਮੀਤਹਿਰ ਜੀ ਵੱਲੋਂ ਜੋ ਉੱਥੇ ਮੌਕੇ ਤੇ ਉਹਨਾਂ ਨਾਲ ਵਾਅਦਾ ਕੀਤਾ ਗਿਆ ਮੀਤਹਿਰ ਜੀ ਵੱਲੋਂ ਕਿਹਾ ਗਿਆ ਕਿ ਹਾਂ ਇਹ ਤੁਹਾਡੀ ਮੰਗ ਮੈਂ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਜੀ ਦੇ ਧਿਆਨ ਦੇ ਵਿੱਚ ਤੇ ਸੀਐਮ ਸਰ ਭਗਵੰਤ ਮਾਨ ਜੀ ਦੇ ਧਿਆਨ ਦੇ ਵਿੱਚ ਮੈਂ ਖੁਦ ਇਹ ਮੰਗ ਨੂੰ ਲੈ ਕੇ ਜਾਊਂਗਾ ਤੇ ਮੰਗ ਪੱਤਰ ਜਿਹੜਾ ਉਹਨਾਂ ਤੋਂ ਪ੍ਰਾਪਤ ਕੀਤਾ ਬਾਕੀ ਦੇ ਤੇ ਹਰਜੋਤ ਸਿੰਘ ਬੈਂਸ ਨੇ ਪੂਰੀ ਡਿਟੇਲ ਚ ਗੱਲਬਾਤ ਸੁਣੀ ਤੇ ਹਾਂ ਪੱਕੀ ਹੁੰਗਾ ਰપરા ਕੇ ਹਾਂ ਅਸੀਂ ਤੁਹਾਡੇ ਨਾਲਾਂ ਤੇ ਤੁਹਾਡੀਆਂ ਜਿਹੜੀਆਂ ਜਾਇਜ਼ ਮੰਗਾਂ ਨੇ ਆਫਰ ਲੈਟਰ ਵਾਲੀਆਂ ਤੇ ਤੁਸੀਂ ਜਿਹੜਾ ਬਾਹਰ ਹੋਏ ਹੋ ਇਹ ਸਾਰੀਆਂ ਮੰਗਾਂ ਮੈਂ ਸੀਐਮ ਸਰ ਅਤੇ ਈਐਮ ਸਰ ਦੇ ਧਿਆਨ ਵਿੱਚ ਲਿਆਉਂਗਾ ਤੇ ਬਹੁਤ ਜਲ ਤੁਹਾਡੇ ਨਾਲ ਜਿਹੜਾ ਦੁਬਾਰਾ ਤਰਾਪਤ ਕੰਮ ਕੀਤਾ ਜਾਊਗਾ ਤਾਂ ਇਹ ਅੱਜ ਦੀ ਸਾਰੀ ਮੀਟਿੰਗ ਆ ਜਿਹੜੀ ਉਹਦੀ ਅਪਡੇਟ ਸੀਗੀ ਕਾਫੀ ਸਾਰੇ ਸਾਥੀਆਂ ਨੂੰ ਗੱਲਾਂ ਥੋੜੀਆਂ ਬਹੁਤੀਆਂ ਲੱਗੀਆਂ ਹੋਣੀਆਂ ਕਿ ਟਾਈਮ ਥੋੜਾ ਜਿਆਦਾ ਲਾਤਾ ਮੀਟਿੰਗ ਦੀ ਅਪਡੇਟ ਦਿੰਦੇ ਹੋਏ ਪਰ ਇਹ ਗੱਲਾਂ ਵੀ ਕਰਨੀਆਂ ਨਾਲ-ਨਾਲ ਬਹੁਤ ਜ਼ਿਆਦਾ ਜ਼ਰੂਰੀ ਸੀਗੀਆਂ ਕਿਉਂਕਿ ਮੈਂ ਦੇਖ ਰਿਹਾ ਕਿ ਅਸੀਂ ਅੱਜ ਇਸ ਜਿਹੜੇ ਬਾਹਰ ਹੋਏ ਸਾਥੀ ਨੇ ਉਹਨਾਂ ਦੇ ਸਪੋਰਟ ਦੇ ਵਿੱਚ ਦੋ ਤਿੰਨ ਵੀਡੀਓ ਅਸੀਂ ਸ਼ੇਅਰ ਕੀਤੀਆਂ ਨੇ ਕਾਫੀ ਸਾਰੇ ਸਾਥੀ ਇਹ ਕਹਿ ਰਹੇ ਨੇ ਕਿ ਸਾਰਾ ਕਿ ਪੁਆਇੰਟ ਨੰਬਰ 17 ਪਤਾ ਨਹੀਂ 7000 ਲਿਖਿਆ ਹੋਇਆ ਕਿ ਜਿਹਦੇ ਵਿੱਚ ਹਾਂ ਕਿ ਉਹ ਬਾਹਰ ਜਿਹੜਾ ਆਫਰ ਲੈਟਰ ਆ ਉਹ ਤੇ ਲਿਖਿਆ ਹੁੰਦਾ ਸਪੈਸ਼ਲ ਕਿ ਉਹ ਸਾਥੀ ਬਾਹਰ ਕਦੋਂ ਵੀ ਹੋ ਸਕਦੇ ਨੇ ਇਹਨੂੰ ਤੁਸੀਂ ਆਪਣਾ ਪੱਕਾ ਜੋਬ ਲੈਟਰ ਨਾ ਸਮਝੋ ਇਹ ਗੱਲ ਨਾਲ ਅਸੀਂ ਵੀ ਪੂਰੇ ਸਹਿਮਤ ਹਾਂ ਪਰ ਕੀ ਉਹ ਉਹਨਾਂ ਦੀ ਚਾਰ ਪੰਜ ਮਹੀਨਾ ਦੀ ਮਾਨਸਿਕ ਪਰੇਸ਼ਾਨ ਉਹ ਲਗਾਤਾਰ ਧਰਨਿਆਂ ਤੇ ਜਾਂਦੇ ਰਹੇ ਇਹ ਗੱਲ ਨੂੰ ਮੰਨ ਲੋ ਇਹਨਾਂ ਦੇ 5 ਮਹੀਨੇ ਕੌਣ ਮੋੜ ਕੇ ਲੈ ਕੇ ਆਊਗਾ ਕੌਣ ਆ ਸਰਕਾਰ ਜੇ ਗਲਤੀ ਨਾ ਕਰਦੀ ਤਾਂ ਉਹ ਆਪਣਾ ਆਪਣੇ ਆਪਣੇ ਕੰਮਾਂ ਤੇ ਲੱਗੇ ਰਹਿੰਦੇ ਕਿਉਂ ਉਹ ਆਪਣੇ ਕੰਮ ਛੱਡ ਦੇ ਤੇ ਕਿੰਨਾ ਕੁਝ ਹੋਰ ਆ ਜਿਹੜਾ ਉਹ ਵਿਚਾਰੇ ਮਾਨਸਿਕ ਪਰੇਸ਼ਾਨ ਨੇ ਹਾਂ ਕੱਲ ਦੇ ਉਹ ਹੋਰ ਵੀ ਜ਼ਿਆਦਾ ਮਾਨਸਿਕ ਪਰੇਸ਼ਾਨ ਨੇ ਆਪਾਂ ਮੰਨਦੇ ਆ ਕੇ ਨੰਬਰ ਪੇਪਰ ਗਲਤ ਸੀਗੇ ਪਰ ਪੇਪਰ ਗਲਤ ਪਾਇਗੇ ਨੇ ਪਾਇ ਡਿਪਾਰਟਮੈਂਟ ਨੇ ਸਰਕਾਰ ਦੀ ਗਲਤੀ ਰਹੀ ਪਰ ਭੁਗਤ ਕੌਣ ਰਿਹਾ ਹੈ ਭੁਗਤੋ ਦਾ ਕਿੱਡਰ ਰਹੇ ਨੇ ਹੋ ਸਕਦਾ ਜਿਹੜੇ ਸਾਥੀ ਅੱਜ ਸਿਲੈਕਟ ਨੇ ਕੱਲ ਨੂੰ ਕਿਸੇ ਉਹਨਾਂ ਨਾਲ ਵੀ ਇਦਾਂ ਦਾ ਹਾਦਸਾ ਹੋ ਜਾਂਦਾ ਤਾਂ ਫਿਰ ਆਪਾਂ ਉਹਨਾਂ ਦੀ ਵੀ ਸਪੋਰਟ ਦੇ ਵਿੱਚ ਖੜਦੇ ਜਰੂਰੀ ਆਪਣਾ ਸੈਲਫਿਸ਼ ਹੋਣਾ ਸਭ ਤੋਂ ਮਾੜੀ ਗੱਲ ਹੁੰਦੀ ਹੈ ਇਸ ਕਰਕੇ ਅੱਜ ਜੇ ਤਕਲੀਫ ਦੇ ਵਿੱਚ ਨੇ ਤਾਂ ਇਹਨਾਂ ਨਾਲ ਖੜਨਾ ਸਾਡਾ ਹੱਕ ਬਣਦਾ ਹਾਂ ਮੈਂ ਇਹ ਵੀ ਕਹਿਣਾ ਵੀ ਹਾਂ ਇਹਨਾਂ ਤੋਂ ਇਹਨਾਂ ਦੇ ਨੰਬਰ ਘਟਦੇ ਨੇ ਮੈਂ ਇਸ ਗੱਲ ਨਾਲ ਪੂਰਾ ਸਹਿਮਤ ਹਾਂ ਪਰ ਮੈਨੂੰ ਇਹਨਾਂ ਪਤਾ ਵੀ ਇਹ 4-4 5-5 ਮਹੀਨੇ ਨੂੰ ਜਿਹੜਾ ਉਹ ਜੋਇਨ ਸਮਝਿਆ ਗਿਆ ਇਹਨਾਂ ਨੂੰ ਕਿ ਇਹ ਨੌਕਰੀ ਪ੍ਰਾਪਤ ਕਰ ਚੁੱਕੇ ਨੇ ਇਹਨਾਂ ਨੂੰ ਉਸੇ ਦਿਨ ਹੀ ਦੱਸ ਦਿੰਦੇ ਕਿ ਤੁਹਾਡਾ ਜਿਹੜਾ ਕੋਰਟ ਦੇ ਵਿੱਚ ਕੇਸ ਹੈ ਤੁਹਾਨੂੰ ਜੋਇਨਿੰਗ ਲੈਟਰ ਹਲੇ ਨਹੀਂ ਮਿਲਣਗੇ ਤਾਂ ਇਹ ਸਾਰੀ ਆਪਣੀ ਅਪਡੇਟ ਸੀਗੀ ਬਾਕੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰਦੇ ਹੋ ਤਾਂ ਕਿ ਮਾਸਟਰ ਗੇਟਰ ਦੀ ਹਰ ਇੱਕ ਅਪਡੇਟ ਆ ਜਿਹੜੀ ਆਪਾਂ ਤੁਹਾਡੇ ਤੱਕ ਸਮੇਂ ਸਿਰ ਲੈ ਕੇ ਆਉਂਦੇ ਰਹੀਏ ਥੈਂਕ ਯੂ ਸੋ ਮੱਚ